ਚਾਰਸੀ ਹੈ ਇਹ ਬਰਨਾਲਾ ਕਮਾਨ ਪੁੱਛੋ ਅੱਜ ਜਿਹੜੀ ਤੁਸੀਂ ਰੇਡ ਕੀਤੀ ਹੈ ਸਮਾਣੇ 'ਚ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਸੀ ਤੁਹਾਨੂੰ ਸਾਰੀ ਇਹ ਸਾਡੇ ਕੋਲ ਨਾ ਐਫ ਆਈ ਆਰ ਨੰਬਰ 10 ਥਾਣਾ ਬਰਨਾਲਾ ਦੀ ਪਹਿਲਾਂ ਹੀ ਰਜਿਸਟਰਡ ਸੀ ਉਹਦੇ ਵਿੱਚ ਇੱਕ ਅਸੀਂ ਸੋਨੀਆ ਨਾਂ ਦੀ ਲੜਕੀ ਫੜੀ ਸੀ ਉਹਦੇ ਕੋਲੋਂ ਸਾਨੂੰ 1200 ਗੋਲੀਆਂ ਜਿਹੜੀਆਂ ਰਿਕਵਰ ਹੋਈਆਂ ਸੀ ਉਹਦੀ ਜਦੋਂ ਫਰਦਰ ਅਸੀਂ ਅੱਗੇ ਜਾਂਦੇ ਹਾਂ ਵੀ ਕਿੱਥੋਂ ਆਈਆਂ ਉਹਦੇ ਵਿੱਚੋਂ ਸਾਨੂੰ ਅੱਗੇ ਜਿਹੜਾ ਗੁਰਦਰਸ਼ਨ ਸਿੰਘ ਜੀ ਸੋਨੀ ਦਾ ਨਾਮ ਫਿਗਰ ਹੋਇਆ ਉਹ ਸਾਡੇ ਕੋਲ ਨੋਮੀਨੇਟ ਸੀ ਉਹਦੇ ਨਾਲ ਇੱਕ ਲੜਕੀ ਅਤੇ ਇੱਕ ਉਹਨੇ ਦੱਸਿਆ ਸੀ ਵੀ ਇੱਕ ਲੜਕਾ ਹੁੰਦਾ ਜਿਹੜੇ ਆਪਣਾ ਨਾਮ ਨਹੀਂ ਦੱਸਦੇ ਉੱਥੇ ਕਿਰਾਏ 'ਤੇ ਰਹਿੰਦੇ ਨੇ ਉਸ ਆਧਾਰ 'ਤੇ ਅਸੀਂ ਅੱਜ ਉਹਨੂੰ ਅਰੈਸਟ ਕਰਨ ਲਈ ਰੇਡ ਕੀਤਾ ਸੀਗਾ ਸੀ ਆਈ ਏ ਸਮਾਣਾ ਦੀ ਉਸ ਪਾਰਟੀ ਨੂੰ ਨਾਲ ਲੈ ਕੇ ਪਹਿਲਾਂ ਅਸੀਂ ਗੁਰਦਰਸ਼ਨ ਨੂੰ ਅਰੈਸਟ ਕਰ ਲਿਆ ਅਤੇ ਉਹਦੇ ਗੱਡੀ ਰਿਕਵਰ ਕੀਤੀ ਅਤੇ ਉਹਦੇ ਵਿੱਚੋਂ ਸਾਨੂੰ ਗੋਲੀਆਂ ਰਿਕਵਰ ਹੋਈਆਂ ਫਿਰ ਉਹਦੀ ਨਿਸ਼ਾਨਦੇਹੀ 'ਤੇ ਜਿਹੜਾ ਇਹਨਾਂ ਨੇ ਦੁਰਗਾ ਕਲੋਨੀ ਦੇ ਵਿੱਚ ਕਰ ਲਿਆ ਸੀ ਇੱਥੇ ਆ ਕੇ ਰੇਡ ਕੀਤਾ ਇੱਥੇ ਕਿਰਾਏ 'ਤੇ ਰੱਖਿਆ ਮਕਾਨ ਹਾਂਜੀ ਕਿਰਾਏ 'ਤੇ ਲੈ ਲਿਆ ਠੀਕ ਹੈ ਇੱਥੋਂ ਸਾਨੂੰ ਇੱਕ ਲੇਡੀ ਮਨਦੀਪ ਕੌਰ ਇੱਕ ਮਨਪ੍ਰੀਤ ਸਿੰਘ ਨਾਂ ਦਾ ਮੁੰਡਾ ਜਿਨ੍ਹਾਂ ਦੇ ਕੋਲੋਂ ਸਾਨੂੰ ਗੋਲੀਆਂ ਰਿਕਵਰ ਹੋਈਆਂ ਕਿੰਨੀ 50,000 ਗੋਲੀਆਂ 50,000 ਹਾਂਜੀ ਹੈਲਪ ਦਾ ਜੋਲਾ ਉਹਦੀ ਨਿਸ਼ਾਨਦੇਹੀ 'ਤੇ ਜਿਹੜਾ ਆਪਣਾ ਗੁਰਦਰਸ਼ਨ ਸਿੰਘ ਸੋਨੀ ਸੀ ਉਹਦੀ ਨਿਸ਼ਾਨਦੇਹੀ 'ਤੇ ਸਾਨੂੰ ਕਿਰਾਏ ਦੇ ਮਕਾਨ ਦੇ ਵਿੱਚੋਂ 47,000 ਗੋਲੀਆਂ ਅਤੇ 285 ਸ਼ੀਸ਼ੀਆਂ ਵੀ ਮਿਲੀਆਂ ਅਤੇ ਉਹ ਅਸੀਂ ਸਾਰਾ ਜਿਹੜਾ ਸਮਾਨ ਆ ਟੋਟਲ ਕਬਜ਼ੇ ਦੇ ਵਿੱਚ ਲੈ ਲਿਆ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਅਤੇ ਟੋਟਲ ਜਿਹੜੀ ਰਿਕਵਰੀ ਇਹਨਾਂ ਦੇ ਕੋਲੋਂ ਸਾਨੂੰ 1,18,000 ਨਸ਼ੀਲੀਆਂ ਗੋਲੀਆਂ ਅਤੇ 285 ਸ਼ੀਸ਼ੀਆਂ ਜਿਹੜੀਆਂ ਨੇ ਉਹ ਰਿਕਵਰ ਹੋਈਆਂ ਨੇ ਇਹਨਾਂ ਨੂੰ ਅਸੀਂ ਕੱਲ੍ਹ ਕੋਰਟ ਦੇ ਵਿੱਚ ਪੇਸ਼ ਕਰਕੇ ਮਾਮਲਾ ਕਿਸੇ ਦਰਜ ਕੀਤਾ ਮਾਮਲਾ ਸਾਡੇ ਥਾਣੇ ਬਰਨਾਲੇ ਦਰਜ ਇਹ ਸਰ ਕਿਹਦੇ ਕਿਹਦੇ ਮੁਕਦਮਾ ਦਰਜ ਕੀਤਾ ਜੀ ਇੱਥੇ ਇੱਥੇ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਗੁਰਦਰਸ਼ਨ ਸਿੰਘ ਸੋਨੀ ਆ ਜੀ ਇੱਕ ਮਨਪ੍ਰੀਤ ਕੌਰ ਮਨਪ੍ਰੀਤ ਸਿੰਘ ਅਤੇ ਇੱਕ ਮਨਦੀਪ ਕੌਰ ਲੇਡੀ ਕਿੱਥੇ ਅਰੈਸਟ ਕਰ ਲਈ ਉਹ ਇੱਥੇ ਰਹਿੰਦੇ ਆ ਜੀ ਬੈਕ ਉਹਨਾਂ ਦੀ ਸਨੌਰ ਥਾਣੇ ਦੇ ਵਿੱਚ ਪਿੰਡ ਪੈਂਦਾ ਜੀ ਅਤੇ ਲੇਡੀਜ਼ ਹੋਰ ਵੀ ਕੋਈ ਕੰਮ ਕਰਦੀ ਸੀ ਪਤਾ ਹੋਏ ਲੱਗਿਆ ਹੁਣ ਤਾਂ ਨਹੀਂ ਉਹ ਅਜੇ ਇਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਅਤੇ ਬਾਕੀ ਜੋ ਵੀ ਹੋਏਗਾ ਸਾਰਾ ਉਹਨੂੰ ਪਰਦਾਫਾਸ਼ ਕਰਾਂਗੇ ਅੱਗੇ ਆਓ ਲੇਡੀਜ਼ ਕਾਂਸਟੇਬਲ ਨਾਲ ਕਰ ਲਓ ਜੀ ਕਰ ਲੈਂਦੇ ਪੁੱਛ ਲਓ ਪਹਿਲਾਂ ਤੂੰ ਕਰ ਲੈ ਭਾਈ ਓਕੇ ਹੋਰ ਕਰ ਲੈ ਅਤੇ ਆਪ ਜੀ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਵੀ ਇੱਥੇ ਅਸੀਂ ਪਹਿਲਾਂ ਉੱਥੇ ਇੱਕ ਲੇਡੀ ਫੜੀ ਸੀ ਉਹ ਉਹਦੇ ਤੋਂ ਅਸੀਂ ਅੱਗੇ ਚੱਲਦੇ ਹੁੰਦੇ ਹਾਂ ਵੀ ਕਿੱਥੋਂ ਆਈ ਹੈ ਕੋਈ ਜੀ ਅਸੀਂ ਅੱਗੇ ਅਤੇ ਜੇ ਪੂਰਾ ਵੈਰੀਫਾਈ ਕਰਦੇ ਹਾਂ ਇਨਵੈਸਟੀਗੇਸ਼ਨ ਦੇ ਦੌਰਾਨ ਉੱਥੋਂ ਸਾਨੂੰ ਇਹ ਬੰਦਾ ਉਹਦੀ ਜਾਣਕਾਰੀ ਦੇ ਮੁਤਾਬਕ ਇੱਥੇ ਆ ਕੇ ਅਸੀਂ ਰੇਡ ਕੀਤਾ ਸੀ ਇਹਨਾਂ ਨੂੰ ਅਸੀਂ ਵਾਚ ਕਰਕੇ ਅੱਜ ਅਰੈਸਟ ਕਰਦੇ ਨੇ ਘੱਟ ਮੰਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫਰਦਰ ਇਨਵੈਸਟੀਗੇਸ਼ਨ ਜਿਸ ਮਕਾਨ 'ਚ ਕੋਠੀ ਕਿਰਾਏ 'ਤੇ ਲਈ ਹੈ ਇਹ ਕਿੰਨੇ ਟਾਈਮ ਤੋਂ ਲੈ ਰੱਖੀ ਹੈ ਅਤੇ ਇਸ ਬਾਰੇ ਕੋਈ ਇਹਨਾਂ ਨੂੰ ਸਾਨੂੰ ਸੁਬਹ ਆਪ ਦੱਸਿਆ ਵੀ ਇਹ 6 ਮਹੀਨੇ ਤੋਂ ਕਿਰਾਏ ਨੇ ਬਾਕੀ ਪ੍ਰੋਪਰ ਦੀ ਸਾਰੀ ਇੰਟਰੋਗੇਸ਼ਨ ਕਰਕੇ ਅਤੇ ਇਹਦੇ ਵਿੱਚ ਹੋਰ ਵੀ ਕਿੰਨੇ ਕੁ ਲੋਕ ਸ਼ਾਮਿਲ ਹੋ ਸਕਦੇ ਹੈ ਛੋਟੇ ਜੋ ਆਏਗੇ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਠੀਕ ਹੈ ਇਹ ਸੰਘ ਪੁਲਿਸ ਅਧਿਕਾਰੀ ਜਿਨ੍ਹਾਂ